ਤਾਂ ਇੱਕਦਮ ਠੰਡਾ ਠੰਡਾ ਬਦਾਮ ਮਿਲਕ ਸ਼ੇਕ ਬਣਾ ਕੇ ਘਰ ਹੀ ਤਿਆਰ ਕਰਾਂਗੇ। ਹੇ ਐਵਰੀਵਨ, ਵੈਲਕਮ ਬੈਕ, ਇੱਕ ਵਾਰ ਫਿਰ ਹਾਜ਼ਰ ਇੱਕ ਨਵੀਂ ਵੀਡੀਓ ਦੇ ਨਾਲ। ਸਭ ਤੋਂ ਪਹਿਲਾਂ ਮੈਂ ਇੱਥੇ ਵੈਰਕਾ ਦਾ ਦੁੱਧ ਲੈ ਲਿਆ, ਉਹਨੂੰ ਅਸੀਂ ਚੰਗੀ ਤਰ੍ਹਾਂ ਬੋਇਲ ਕਰਨ ਤੋਂ ਬਾਅਦ ਇਹਦੇ ਵਿੱਚ ਮੈਂ ਪਾਇਆ ਇਲਾਇਚੀ ਪਾਊਡਰ ਅਤੇ ਕੇਸਰ। ਇਹਨੂੰ ਅਸੀਂ ਉਹ ਤੱਕ ਕਾੜਾਂਗੇ ਜਦ ਤੱਕ ਸਾਡਾ ਦੁੱਧ ਜਿਹੜਾ ਹੈ ਹਾਫ ਕੁਆਂਟਿਟੀ ਦੇ ਵਿੱਚ ਨਾ ਰਹਿ ਜਾਵੇ। ਫਿਰ ਮੈਂ ਕਰ ਲਿਆ ਬਦਾਮ ਨੂੰ ਬੋਇਲ, ਉਹਦਾ ਅਸੀਂ ਇਸ ਤਰ੍ਹਾਂ ਛਿੱਲੜ ਉਤਾਰ ਕੇ ਉਹਨੂੰ ਅਸੀਂ ਦੁੱਧ ਦੇ ਨਾਲ ਕਰ ਲਾਂਗੇ ਬਲੈਂਡ। ਤਾਂ ਇਸ ਮਿਕਸਚਰ ਨੂੰ ਵੀ ਅਸੀਂ ਦੁੱਧ ਦੇ ਵਿੱਚ ਕਰ ਲਾਂਗੇ ਐਡ। ਤਾਂ ਇਹਨੂੰ ਅਸੀਂ ਕਰ ਲਾਂਗੇ ਪ੍ਰੋਪਰ ਮਿਕਸ। ਫਿਰ ਮੈਂ ਲਾ ਰਹੀ ਹਾਂ ਕਸਟਰਡ ਪਾਊਡਰ, ਉਹਦੇ ਵਿੱਚ ਪਾਇਆ ਮੈਂ ਗਰਮ ਗਰਮ ਦੁੱਧ। ਫਿਰ ਮੈਂ ਇਹਨੂੰ ਚੰਗੀ ਤਰ੍ਹਾਂ ਕਰ ਲਾਂਗੀ ਮਿਕਸ ਤਾਂ ਕਿ ਕੋਈ ਵੀ ਬਬਲਸ ਨਾ ਰਹਿ ਜਾਵੇ। ਫਿਰ ਇਹਨੂੰ ਵੀ ਅਸੀਂ ਪਾ ਲਾਂਗੇ ਦੁੱਧ ਦੇ ਵਿੱਚ। ਨਾਲ ਹੀ ਮੈਂ ਐਡ ਕਰ ਰਹੀ ਹਾਂ ਟੇਸਟ ਅਕੋਰਡਿੰਗ ਚੀਨੀ। ਤਾਂ ਜਦੋਂ ਸਾਡਾ ਅੱਧਾ ਦੁੱਧ ਹੋ ਚੁੱਕਿਆ ਸੀ ਤਾਂ ਇਸ ਮਿਕਸਚਰ ਨੂੰ ਮੈਂ ਠੰਡਾ ਕਰਕੇ ਉਹਦੇ ਵਿੱਚ ਪਾਇਆ ਮੈਂ ਡਰਾਈ ਫਰੂਟਸ, ਟੂਟੀ ਫਰੂਟੀ। ਤਾਂ ਇਹਨੂੰ ਮੈਂ ਠੰਡਾ ਠੰਡਾ ਕਰ ਰਹੀ ਹਾਂ ਸਰਵ। ਤੁਹਾਡੇ ਘਰ ਜਦੋਂ ਵੀ ਮਹਿਮਾਨ ਆਉਂਦੇ ਆ ਤੁਸੀਂ ਉਹਨਾਂ ਨੂੰ ਇਹ ਸਰਵ ਕਰ ਸਕਦੇ ਹੋ, ਉਮੀਦ ਆ ਉਹਨਾਂ ਨੂੰ ਬਹੁਤ ਵਧੀਆ ਲੱਗੇਗੀ। ਤਾਂ ਮਿਲਦੇ ਹਾਂ ਮੈਂ ਇੱਕ ਨਵੀਂ ਵੀਡੀਓ ਦੇ ਨਾਲ, ਤਦ ਤੱਕ ਲਈ ਬਾਏ।